ਸ਼੍ਰੀ ਹਰदयाल ਸਿੰਘ ਕੰਬੋਜ ਨੇ ਰਾਜਪੁਰਾ ਦੇ ਬਾੜ 1921112 ਵਿੱਚ 6 ਕਰੋੜ ਦੇ ਕੰਮਾਂ ਦੀ ਸ਼ੁਰੂਆਤ ਕਰਾਈ। ਇਸ ਮੌਕੇ ਨਰਿੰਦਰ ਸ਼ਾਸਤਰੀ, ਗੁਰਦਾਸ कौर, ਐਮਸੀ ਰੂਬੀ, ਐਮਸੀ ਦੀਪਕ ਸ਼ਰਮਾ, ਭੁਪਿੰਦਰ ਸੈਣੀ, ਚੇਅਰਮੈਨ ਮਨੀਸ਼ ਮੁੰਜਾਲ ਪੂਰਨ ਚਲਾਨੀ ਮੌਜੂਦ ਰਹੇ। ਕਿਸਾਨ ਅੰਦੋਲਨ ਚ ਹਲਕਾ ਰਾਜਪੁਰਾ ਦੇ ਪਿੰਡ ਮਿਰਜ਼ਾਪੁਰ ਦੇ ਸ਼ਹੀਦ ਹੋਏ ਕਿਸਾਨ ਅਜੈਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਲਈ 5 ਲੱਖ ਦਾ ਚੈੱਕ ਭੇਟ ਕੀਤਾ ਗਿਆ। ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਹਨਾ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਫਤਿਹ ਹਾਸਲ ਕੀਤੀ ਹੈ ਉਹਨਾਂ ਨੇ ਬੱਚਿਆਂ ਸਤਵਿੰਦਰ ਸਿੰਘ ਜਤਿੰਦਰ ਸਿੰਘ ਇੰਦਰਜੋਤ ਕੌਰ ਦੇ ਨਾਮ ਦਾ ਚੈੱਕ ਸੌਂਪਿਆ ਸਸਰੀ ਗਾਲ ਜੀ ਮੈਂ ਹਾਂ ਤੁਹਾਡੇ ਨਾਲ ਸੋਨੂੰ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਦਿਸ਼ਾ ਆਪਣੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿਸਾਨ ਅੰਦੋਲਨ ਜਿੱਤ ਕੇ ਕਿਸਾਨ ਘਰ ਆਗੇ ਨੇ ਬੜੀ ਵੱਡੀ ਜਿੱਤ ਹੈ ਹਰਦੀਪ ਸਿੰਘ ਕੰਬੋਜੀ ਸਾਡੇ ਨਾਲ ਨੇ ਕਿਉਂਕਿ ਵੋਟਾਂ ਦਾ ਦੌਰ ਚੱਲ ਰਿਹਾ ਹੈ ਹਰ ਪਾਰਟੀ ਪ੍ਰਚਾਰ ਕਰ ਰਹੀ ਹੈ ਕੰਬੋਸਾ ਸਾਹਿਬ ਨੇ ਕਿਸਾਨਾਂ ਦਾ ਸਵਾਗਤ ਕੀਤਾ ਸੀ ਕੰਬੋਸਾ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਬਹੁਤ-ਬਹੁਤ ਮੁਬਾਰਕਾ ਕਿਉਂਕਿ ਕਿਸਾਨ ਜਿੱਤ ਹਾਸਿਲ ਕਰਕੇ ਆਗੇ ਨੇ ਜੀ ਇਹ ਕਿਸਾਨਾਂ ਦੀ ਜਿੱਤ ਹੈ ਤੇ ਜਿਹੜਾ 1 ਸਾਲ ਦਾ ਜਿਹੜਾ ਲੰਮਾ ਸੰਘਰਸ਼ ਸੀ ਉਸ ਤੋਂ ਬਾਅਦ ਸੜੀ ਸਾਡੀ ਇਹ ਜਿੱਤਾ ਹੋ ਪ੍ਰਾਪਤ ਹੋਈ ਆ ਸਮੁੱਚੇ ਦੇਸ਼ ਦੇ ਕਿਸਾਨ ਦੀ ਜਿੱਤ ਹੈ ਇਹ ਸੋ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਤੇ ਜਿਹੜੇ ਇੱਕ ਤਿੰਨ ਕਾਲੇ ਕਾਨੂੰਨ ਸੀਗੇ ਉਹਨਾਂ ਨੂੰ ਰੱਦ ਕਰਾਇਆ ਇਹ ਚ ਸਮੁੱਚੇ ਦੇਸ਼ ਵਾਸੀਆਂ ਨੇ ਜਿਹੜੇ ਕਿਸਾਨ ਮੂਵਮੈਂਟ ਨੂੰ ਸਪੋਰਟ ਸੀ ਜਿਹੜੀ ਉਹ ਕੀਤੀ ਕੱਲੀ ਜਿਹੜੇ ਕਿਸਾਨ ਵੀਰ ਸਾਰੇ ਵਾਪਸ ਆਏ ਮੈਂ ਵੀ ਆਪਣੇ ਹਲਕੇ ਵੱਲੋਂ ਜਿੱਥੇ ਵੀ ਐਂਟਰ ਹੁੰਦਾ ਸੀ ਮਿਡਵੇ ਦੇ ਕੋਲ ਜਿਹੜਾ ਪੁਲ ਤੇ ਚੜਦੇ ਹੈਗੇ ਆ ਉੱਥੇ ਬਹੁਤ ਜ਼ਿਆਦਾ ਉਹਨਾਂ ਦਾ ਪਰਮਾ ਜਿਹੜਾ ਸਵਾਗਤ ਅਸੀਂ ਕੀਤਾ ਤੇ ਤਾਂ ਕਿ ਇਹ ਜਿਹੜੀਆਂ ਫੌਜਾਂ ਨੇ ਜਿੱਤ ਕੇ ਆਈਆਂ ਨੇ ਵੈਸੇ ਹੁਣ ਤਾਂ ਤੁਹਾਨੂੰ ਵੀ ਬਹੁਤ ਹੋ ਗਿਆ ਹੋਣਾ ਕਿਉਂਕਿ ਵੋਟਾਂ ਦੀ ਅਗਰ ਜੇ ਵੋਟਾਂ ਦੀ ਗੱਲ ਕਰ ਲਈਏ ਹੁਣ ਕਿਸਾਨ ਆ ਗਏ ਨੇ ਹੁਣ ਵੋਟਾਂ ਦਾ ਕਾਫੀ ਅਸਰ ਪੈਣਾ ਹੈ ਹੁਣ ਤੁਹਾਨੂੰ ਲੱਗਦਾ ਕਿ ਉਸ ਤੋਂ ਵੀ ਵੱਡੀ ਜਿੱਤ ਹਾਸਲ ਹੋਏਗੀ ਕਿਉਂਕਿ ਕਾਫੀ ਘਾਟਾ ਹੋਣਾ ਸੀ ਸ਼ਾਇਦ ਅਗਰ ਉੱਥੇ ਬੈਠੇ ਰਹਿੰਦੇ ਨੀ ਦੇਖੋ ਕਿਸਾਨੀ ਮੂਵਮੈਂਟ ਨੂੰ ਮਤਲਬ ਕਿ ਪੋਲੀਟੀਕਲਾਈਜ਼ ਨਹੀਂ ਕਰਨਾ ਚਾਹੀਦਾ ਇਹ ਤਾਂ ਵੋਟਾਂ ਦੇ ਨਾਲ ਨਹੀਂ ਜੋੜਨਾ ਚਾਹੀਦਾ ਕਿਉਂਕਿ ਕਿਸਾਨ ਕੋਈ ਇੱਕ ਪਾਰਟੀ ਦੇ ਨਾਲ ਨਹੀਂ ਹੈ ਕਿਸਾਨ ਕਾਂਗਰਸੀ ਵੀ ਹੈ ਕਿਸਾਨ ਅਕਾਲੀ ਵੀ ਨੇ ਕਿਸਾਨ ਦੂਜੀਆਂ ਪਾਰਟੀਆਂ ਦੇ ਵੀ ਨੇ ਸਾਰੇ ਨੇ ਖੇਤੀ ਕੋਈ ਕੱਲਾ ਮਤਲਬ ਕਹਿਣ ਦਾ ਵੀ ਇੱਕ ਪਾਰਟੀ ਦੇ ਲੋਕ ਨਹੀਂ ਕਰਦੇ ਪੂਰੇ ਜਿਹੜੇ ਕੋਈ ਵੀ ਜਿਹੜਾ ਫਾਰਮਰ ਹੈਗਾ ਉਹ ਖੇਤੀ ਕਰਦਾ ਉਹ ਕੋਈ ਕਿਸੇ ਪਾਰਟੀ ਨਾਲ ਕੋ ਜੁੜਿਆ ਹੋਇਆ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੈ ਸੋ ਇਹ ਰਾਜਨੀਤਿਕ ਤੋਂ ਇਹਨਾਂ ਨੂੰ ਅਲੱਗ ਹੋ ਕੇ ਸਾਨੂੰ ਗੱਲ ਕਰਨੀ ਚਾਹੀਦੀ ਹੈ ਜੀ ਰਾਜਪੁਰੇ ਨੂੰ ਅਵਾਰਡ ਮਿਲਿਆ ਹੈ ਸਫਾਈ ਦਾ ਬਹੁਤ ਵਧੀਆ ਉਸ ਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜੋ ਪਿੱਛੇ ਪਾਰਟੀਆਂ ਨੇ ਨਹੀਂ ਕੀਤਾ ਤੁਹਾਡੀ ਰਾਜ ਦੇ ਵਿੱਚ ਹੋਇਆ ਕਿਦਾਂ ਫੀਲ ਹੁੰਦਾ ਹੈ ਕਿ ਲੋਕ ਹੁਣ ਵੀ ਰਾਜਪੁਰੇ ਨੂੰ ਇੱਕ ਨਹੀਂ ਤਿੰਨ ਜਿਹੜੇ ਅਵਾਰਡ ਹਾਸਲ ਹੋਏ ਆ ਸਾਡੀ ਪੰਚਾਇਤ ਸਮਤੀ ਨੂੰ 25 ਲੱਖ ਰੁਪਏ ਦਾ ਜਿਹੜਾ ਇਨਾਮ ਦਿੱਤਾ ਹੈਗਾ ਉਹ ਵੀ ਪਾਰ ਸਰਕਾਰ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਦਿੱਤਾ ਦੂਜਾ ਮੇਰੇ ਹਸਪੀਟਲ ਨੂੰ ਪੰਜਾਬ ਦੀਆਂ ਸਾਰੀਆਂ ਸਬ ਡਿਵੀਜ਼ਨਾਂ ਦੇ ਵਿੱਚੋਂ ਨੰਬਰ 1 ਤੇ ਡਿਕਲੇਅਰ ਕਰਕੇ 10 ਲੱਖ ਰੁਪਏ ਦਾ ਪ੍ਰਾਈਜ਼ ਗਵਰਨਮੈਂਟ ਆਫ ਇੰਡੀਆ ਨੇ ਮਿਨਿਸਟਰੀ ਆਫ ਹੈਲਥ ਨੇ ਦਿੱਤਾ ਤੀਜਾ ਸਾਡਾ ਸਭ ਤੋਂ ਸੁੰਦਰ ਅਤੇ ਸਵੱਛ ਸ਼ਹਿਰ ਜਿਹੜਾ ਹੈਗਾ ਰਾਜਪੁਰਾ ਬਣਿਆ ਹੈ ਉਹ ਉੱਤਰੀ ਭਾਰਤ ਚੋਂ ਨੌ ਸੂਬਿਆਂ ਦੇ ਵਿੱਚੋਂ ਕੋਈ 950 ਤੋਂ 1000 ਸ਼ਹਿਰਾਂ ਦੇ ਵਿੱਚੋਂ ਅਸੀਂ ਜਿਹੜਾ ਹੈਗਾ ਉੱਤਰੀ ਭਾਰਤ ਚੋਂ ਨੰਬਰ 1 ਆਏ ਆ ਔਰ ਉਹ ਵੀ ਅਵਾਰਡ ਜੇ ਦਿੱਤਾ ਹੈਗਾ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਭਾਰਤ ਦੇ ਰਾਸ਼ਟਰਪਤੀ ਨੇ ਸਾਨੂੰ ਦਿੱਤਾ ਇਹ ਸਾਡੀਆਂ ਪ੍ਰਾਪਤੀਆਂ ਨੇ ਜਿਹੜੀਆਂ ਅਸੀਂ ਪ੍ਰਾਪਤੀਆਂ ਕੀਤੀਆਂ ਨੇ ਤਾਂ ਹੀ ਆ ਜੇ ਕੰਮ ਕੀਤੇ ਆ ਕੰਮ ਚੱਲ ਰਹੇ ਹੈਗੇ ਤਾਂ ਉਹਦੇ ਕਰਕੇ ਜਿਹੜਾ ਹੈਗਾ ਜੇ ਰਾਜਪੁਰੇ ਦਾ ਨਾਮ ਆ ਪੂਰੇ ਹਿੰਦੂਸਤਾਨ ਦੇ ਵਿੱਚ ਗੂੰਜ ਰਿਹਾ ਹੈ ਗੱਲ ਸਹੀ ਹੈ ਜੀ ਤੁਸੀਂ ਜੋ ਗੱਲ ਆਖੀ ਹੈ ਕਿ ਹਾਲਾਂਕਿ ਕੰਮ ਬੋਲ ਰਹੇ ਨੇ ਕੰਮ ਵੀ ਦਿਖ ਰਿਹਾ ਕੀਤਾ ਹੋਇਆ ਪਿੰਡਾਂ ਦੇ ਵਿੱਚ ਸਰਵੇ ਕੀਤਾ ਲੋਕੀ ਕਹਿੰਦੇ ਨੇ ਕਿ ਬਹੁਤ ਵਧੀਆ ਕੰਮ ਹੋਇਆ ਨੇ ਕੰਮ ਰੁਕ ਹੀ ਨਹੀਂ ਰਿਹਾ ਹਾਲੇ ਕਿ ਪੁਲਾਂ ਦੇ ਵੀ ਕੰਮ ਹੋਏ ਨੇ ਮੈਂ ਦੇਖਿਆ ਸੜਕਾਂ ਦੇ ਹੁਣ ਕਿੰਨਾ ਦਾ ਉਦਘਾਟਨ ਕੀਤਾ ਹੈ ਸੜਕਾਂ ਦਾ ਜਿਹੜੇ ਤੁਸੀਂ ਕਰ ਰਹੇ ਹੋ ਨੇ ਅੱਜ ਮੈਂ ਲਗਭਗ 7-8 ਕਰੋੜ ਰੁਪਏ ਦੇ ਕੰਮ ਮੈਂ ਸ਼ੁਰੂ ਕਰਨੇ ਆ ਪਹਿਲਾਂ ਕਿ ਮੈਂ 9 19 ਨੰਬਰ ਵਾਰਡ ਚ ਸੀਗਾ ਹੁਣ ਮੈਂ 21 ਨੰਬਰ ਵਾਰਡ ਦੇ ਵਿੱਚ ਹੈਗਾ ਇਹ ਤੋਂ ਬਾਅਦ ਮੈਂ 1 ਨੰਬਰ ਵਾਰਡ ਦੇ ਵਿੱਚ ਜਾਣਾ ਫਿਰ ਅਸੀਂ 12 ਨੰਬਰ ਵਾਰਡ ਚ ਜਾਣਾ ਤੇ ਇਹ ਰਾਤ ਤੱਕ ਚੱਲਦਾ ਹੀ ਰਹਿੰਦਾ ਹੈਗਾ ਮੈਂ 2:30-3 ਵਜੇ ਸ਼ੁਰੂ ਕਰਦਾ ਕਿਉਂਕਿ ਦਿਨੇ ਮੈਂ ਖਾਸ ਕਰਕੇ ਮੈਂ ਪਿੰਡਾਂ ਦੇ ਵਿੱਚ ਉਹਨਾ ਤੇ ਆਫਟਰਨੂਨ ਮੈਂ ਸ਼ਹਿਰ ਦੇ ਵਿੱਚ ਆ ਜਾਣਾ ਹੈਗਾ ਨੀਨਾ ਮਿੱਤਲ ਜੀ ਨੂੰ ਟਿਕਟ ਮਿਲ ਚੁੱਕੀ ਹੈ ਤੇ ਰਾਜ ਉਹ ਵੀ ਖੜੇ ਨੇ ਚਰਨਜੀਤ ਬਰਾੜੀ ਕਿਦਾਂ ਦੇਖਦੇ ਹੋ ਤੁਸੀਂ ਇਹਨਾਂ ਨੂੰ ਮੈਂ ਕਿਸੇ ਲਈ ਕੁਝ ਨਹੀਂ ਕਹਿਣਾ ਮੈਂ ਤਾਂ ਇਹ ਮੈਨੂੰ ਤਾਂ ਇਹ ਜਨਤਾ ਮੇਰੇ ਨਾਲ ਹੋਣੀ ਚਾਹੀਦੀ ਆ ਕੋਈ ਕਿਸੇ ਨਾ ਕਿਸੇ ਨਾਲ ਲੜਨਾ ਹੀ ਆ ਕੋਈ ਕੋਈ ਪਹਿਲਾਂ ਵੀ ਲੜੇ ਹੀ ਆ ਸਾਡੇ ਬਰਾਬਰ ਉਹਨ ਵੀ ਲੜਨਾ ਹੀ ਆਪਾਂ ਕਿਸੇ ਬਾਰੇ ਕੋਈ ਗੱਲ ਨਹੀਂ ਕਰਨੀ ਜਨਤਾ ਤਾਂ ਤੁਹਾਨੂੰ ਬਹੁਤ ਪਿਆਰ ਦੇ ਰਹੀ ਹੈ ਜੀ ਕਿਉਂਕਿ ਲਗਾਤਾਰ ਜਿੱਤਦੇ ਆ ਰਹੇ ਹੋ ਹੁਣ ਵੀ ਸੇਰਾ ਲੱਗਦਾ ਤੁਹਾਡੇ ਸਿਰ ਹੀ ਜਾਏਗਾ ਕਿਉਂਕਿ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨੂੰ ਪੁੱਛਿਆ ਦੁਆਰੇ ਇਹੀ ਕਹਿੰਦੇ ਨੇ ਕਹਿੰਦੇ ਕਹਿੰਦਾ ਇਲਾਕਾ ਸਾਰਾ ਮੂਡ ਆਵੇਗਾ ਹਰਦੇਵਾਲ ਸਿੰਘ ਕੰਬੋ ਸਾਡਾ ਪਿਆਰਾ ਹਰ ਹਵਾ ਦੇ ਵਿੱਚ ਤੁਹਾਡੇ ਹੀ ਨਾਰੇ ਗੂੰਜਦੇ ਨੇ ਮੈਂ ਬੜਾ ਧੰਨਵਾਦ ਕਰਦਾ ਵੀ ਇੰਨਾ ਜਿਆਦਾ ਪਿਆਰ ਸਨਮਾਨ ਜਿਹੜਾ ਸਾਨੂੰ ਹਰ ਪਾਸੇ ਮਿਲਦਾ ਚਾਹੇ ਕਿਸੇ ਵੀ ਮੈਂ ਪਿੰਡ ਚਲੇ ਜਾਵਾਂ ਚਾਹੇ ਬਨੂੜ ਸ਼ਹਿਰ ਚ ਚਲੇ ਜਾਵਾਂ ਰਾਜਪੁਰੇ ਦੇ ਕਿਸੇ ਕੋਨੇ ਚਲੇ ਜਾਵਾਂ ਲੋਕ ਕ ਲੋਕਾਂ ਨੇ ਕੋਈ ਇਹ ਥੋੜੀ ਦੇਖਣੇ ਕਿ ਬਹੁਤ ਵਧੀਆ ਪੱਗ ਬੰਨਦਾ ਜੀ ਇਹ ਚਿੱਟੇ ਕੱਪੜੇ ਬੰਨਦਾ ਜੀ ਲੋਕਾਂ ਨੂੰ ਤਾਂ ਕੰਮ ਚਾਹੀਦਾ ਹੈਗਾ ਕੰਮ ਅੱਜ ਪੂਰੇ ਇਲਾਕੇ ਚ ਹੋ ਰਿਹਾ ਮੈਂ ਤਾਂ ਤੁਹਾਨੂੰ ਦੱਸਦਾ ਕਿ ਮੈਨੂੰ ਇਹਨਾਂ ਤੋਂ ਸਰਟੀਫਿਕੇਟ ਥੋੜੀ ਲੈਣ ਦੀ ਲੋੜ ਹੈ ਮੈਨੂੰ ਤਾਂ ਗਵਰਨਮੈਂਟ ਆਫ ਇੰਡੀਆ ਨੇ ਤਿੰਨ ਅਵਾਰਡ ਦਿੱਤੇ ਜੇ ਕੋਈ ਹੋਇਆ ਤਾਂ ਹੀ ਦਿੱਤੇ ਆ ਲੋਕੀ ਵੀ ਕਹਿੰਦੇ ਕੋਈ ਯਾਰੀ ਆ ਲੋਕੀ ਵੀ ਕਹਿੰਦੇ ਨੇ ਕਹਿੰਦੇ ਜਿੰਨਾ ਕੰਮ ਹਰਦਿਆਲ ਸਿੰਘ ਕੰਬੋਜ਼ ਦੇ ਉਸ ਚ ਹੋਇਆ ਕਦੇ ਨਹੀਂ ਹੋਇਆ ਉਹ ਤਾਂ ਬੋਲਦੇ ਆ ਅੱਠ ਪੂਲ ਆਪਾਂ ਨੇ ਕੋਈ ਢਾਕੇ ਥੋੜੀ ਬਣਾਏ ਨਵੇਂ ਹੀ ਬਣਾਏ ਆ 99 ਪਿੰਡਾਂ ਦੇ ਵਿੱਚੋਂ 82 ਪਿੰਡਾਂ ਨੂੰ ਵੱਡੀਆਂ ਸੜਕਾਂ ਦੇ ਨਾਲ ਜੋੜਤਾ ਤੇ ਇਹ ਵੀ ਕੰਮ ਹੀ ਹੋਏ ਆ 10 ਸਟੇਡੀਅਮ ਬਣਾ ਕੇ ਦਿੱਤੇ ਇਲਾਕੇ ਚ ਪਹਿਲਾਂ ਪੂਰੇ ਇਲਾਕੇ ਚ ਮੈਨੂੰ ਇੱਕ ਵੀ ਦਿਖਾ ਦਿਓ ਵੀ ਪੂਰੇ ਰਾਜਪੁਰੇ ਚ ਕਿਤੇ ਸਟੇਡੀਅਮ ਸੀਗਾ ਔਰ ਇੱਥੇ ਮੈਂ 10 ਕਰੋੜ ਰੁਪਏ ਲਾ ਕੇ ਮਲਟੀ სპੋਰਟਸ ਕੰਪਲੈਕਸ ਬਣਾ ਕੇ ਦੇ ਰਿਹਾ ਬੱਚਿਆਂ ਦੇ ਵਾਸਤੇ ਮੈਂ ਚਾਰ ਇੰਡਸਟਰੀਅਲ ਪਾਰਕ ਕਰ ਰਿਹਾ ਆ ਜਿਹੜਾ ਤੁਹਾਡਾ ਰੇਲਵੇ ਫਰੇਟ ਕੋਰੀਡਰ ਦਾ ਹੋ ਗਿਆ ਆ ਦੇ ਜਿਹੜਾ ICL ਦੇ ਨੇੜੇ ਜਿਹੜਾ ਅੰਡਰ ਬ੍ਰਿਜ ਜਿਹੜਾ ਬਣਾ ਕੇ ਦਿੱਤਾ ਜਦੋਂ ਨਿਕਲਦੇ ਆ ਲੱਗਦਾ ਜਿਵੇਂ ਫੋਰਨਚਰ ਨੂੰ ਜਾਂਦੇ ਹੋਣੇ ਆ ਰਾਤ ਨੂੰ ਵੱੜਦੇ ਆ ਜਦੋਂ ਅਸੀਂ ਗਗਨ ਚੌਂਕ ਤੋਂ ਸ਼ਹਿਰ ਦੇ ਵਿੱਚ ਨੂੰ ਲੱਗਦੇ ਆ ਤਾਂ ਐਂ ਲੱਗਦਾ ਜਿਵੇਂ ਸਿੰਗਾਪੁਰਚ ਨੂੰ ਜਾ ਰਹੇ ਹੋਣੇ ਹੈਗੇ ਇੱਕ ਪਿੰਡ ਦੇ ਤੁਹਾਨੂੰ ਮੈਂ ਇੱਕ ਵਧਾਈ ਦੇਣਾ ਹੈਗਾ ਇਹਨਾਂ ਲੋਕਾਂ ਨੇ ਸਾਡਾ ਜਿਹੜਾ ਫਲਾਵਰ ਵੈਲੀ ਮੈਂ ਬਣਾਈ ਸੀ ਜਿੱਥੇ ਦੁਨੀਆ ਭਰ ਦਾ ਗੰਦਗੀਰਦਾ ਹੁੰਦਾ ਸੀ ਆਈਟੀਆ ਚੌਂਕ 'ਚ ਇਹਨਾਂ ਨੇ ਰੋਕਿਆ ਉੱਥੇ ਮੇਰੇ ਇੱਥੇ ਸਟੇ ਲੈ ਕੇ ਬੈਠ ਕੇ ਪੁਰਾਣੀ ਰਾਜਪੁਰੇ ਦੇ ਵਿੱਚ ਮੈਂ ਪਾਰਕ ਬਣਾ ਰਿਹਾ ਸੀ ਕਿ ਉੱਥੇ ਸਟੇ ਲੈ ਕੇ ਬੈਠ ਕੇ ਤੇ ਇਥੇ ਮੈਂ ਉਸ ਸਾਰੀ ਕਾਨੂੰਨੀ ਲੜਾਈ ਲੜੀ ਅੱਜ ਮੈਂ ਪੂਰੇ ਪੰਜਾਬ ਚ ਉਹਦੇ ਨਾਲ ਦਾ ਚਿਲਡਰਨ ਪਾਰਕ ਨਹੀਂ ਹੋਏਗਾ ਜਿਹੜਾ ਮੈਂ ਰਾਜਪੁਰੇ ਚ ਬੱਚਿਆਂ ਲਈ ਅੱਜ ਸ਼ੁਰੂਆਤ ਕਰਾਤੀ ਆ ਬਣਾ ਕੇ ਦੇ ਰਹੇ ਹਾਂ ਤੇ ਬਹੁਤ ਵਧੀਆ ਜੀ ਇੱਕ ਪਿੰਡ ਦੇ ਵਿੱਚ ਗਏ ਸੀ ਉੱਥੇ ਨਾ ਇੱਕ ਪਿੰਡ ਵਾਲੇ ਨਾ ਕਾਫੀ ਇਕੱਠੇ ਹੋ ਕੇ ਕਹਿਣ ਲੱਗੇ ਸੀ ਕਹਿੰਦੇ ਕਿ ਜਿਹੜਾ ਪੁਲ ਲੱਗਿਆ ਜਾਂ ਸਲੀਦਾ ਉਹ ਨੰਡਿਆਲੀ ਨੂੰ ਪੁਲ ਲੱਗਿਆ ਉੱਥੇ ਕਹਿੰਦੇ ਰੋਣ ਵਾਲੇ ਹੋ ਗਏ ਕਹਿੰਦੇ ਅਸੀਂ ਜਾਂਦੇ ਸੀ ਨਾ ਕੱਪੜੇ ਲਿਬੜਦੇ ਸੀ ਬੱਚਿਆਂ ਸਾਨੂੰ ਬੜਾ ਲੰਬਾ ਆਂਦਾ ਸੀ ਪਰ ਉੱਥੇ ਬੜੀ ਤੁਹਾਡੀ ਸਿਫਤ ਹੋਈ ਹੈ ਸਰੋ ਥੈਂਕ ਯੂ ਵੈਰੀ ਮਚਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇੰਨਾ ਸੋਚਦੇ ਆ ਉਹਨਾਂ ਦਾ ਨਰਕ ਚੋਂ ਕਢਤਾ ਉਹਨਾਂ ਨੂੰ ਵਧੀਆ ਗੱਲ ਹੈਗੀ ਇਹ ਸੋ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਕਮੋ ਜੀ ਥੈਂਕ ਯੂ ਥੈਂਕ ਯੂ ਜਿਹਨਾਂ ਦੇ ਲੋਕੀ ਕੰਮ ਕਰ ਰਹੇ ਨੇ ਔਰ ਬਹੁਤ ਵਧੀਆ ਜੀ ਹੁਣ ਫੇਰ ਮਿਲਾਂਗੇ ਮੈਨੂੰ ਤੇ ਇਜਾਜ਼ਤ ਧੰਨਵਾਦ